पंजाब की लोकसभा हल्का फिरोजपुर में कांग्रेस और अकाली दल के बीच गांव आरके में एक बड़ा टकराव हुआ था और गांव आरके में कुछ लोगों ने अकाली दल के काफिले को काले झंडे दिखाकर घेरा था, जिसे लेकर ये विवाद टकराव में बदल गया, जिसमें गाड़ी टूट गई, कुछ लोग जख्मी हो गए थे, जिसके बाद अकाली दल ने इलेक्शन कमीशन को इसकी शिकायत दी थी, जिस पर कार्रवाई करते हुए इलेक्शन कमीशन ने थाना आरके के इंचार्ज मोहित धवन के अलावा फिरोजपुर सदर थाने के SHO गुरविंदर सिंह और DSP सुरेंद्र बांसल का तब्बा कर दिया। इसके अलावा कांग्रेस के मौजूदा विधायक परविंदर सिंह टिक्की की जेट प्लस सिक्योरिटी और अपने वोट बूथ के अलावा किसी और बूथों पर जाने को लेकर अकाली दल ने कार्रवाई करने की मांग की है। ਅਸੀਂ ਮਾਨਯੋਗ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪਰਮਿੰਦਰ ਸਿੰਘ ਪਿੰਕੀ ਜਿਹੜਾ ਇੱਥੋਂ ਦਾ MLA ਹੈ ਉਹਦੇ ਕੋਲ ਜੈਡ ਸਿਕਿਉਰਿਟੀ ਹੈ ਔਰ ਕਈ ਸਾਰੇ ਕਮਾਂਡੋ ਨਾਲ ਲੈ ਕੇ ਘੁੰਮਦਾ ਹੈ। ਕੱਲ੍ਹ ਵੀ ਕਈ ਜਗ੍ਹਾ ਇਹਨੇ ਜਿਹੜੇ ਲੋਕਲ ਬੰਦੇ ਸੀ ਉਹਨਾਂ ਨੂੰ ਫੜ ਕੇ ਥਾਣੇ ਪਹੁੰਚਾਇਆ, ਆਪ ਹੀ ਇਹਦੇ ਗਨਮੈਨ ਜਿਹੜੇ ਆ ਕੁੱਟਮਾਰ ਕਰਦੇ ਆ। ਮਾਨਯੋਗ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਇਹ ਮੰਗ ਕੀਤੀ ਹੈ ਕਿ ਇਹਦੇ ਤੇ ਰਿਸਟ੍ਰਿਕਸ਼ਨ ਲਾਈਆਂ ਜਾਣ, ਬੰਦਸ਼ ਲਾਈ ਜਾਵੇ ਕਿ ਇਹ ਆਪਣੇ ਬੂਥ ਤੱਕ ਜਾ ਸਕੇ ਤੇ ਆਪਣੇ ਬੂਥ ਤੱਕ ਜਿਹੜਾ ਹੈਗਾ ਇਹ ਇਹਦੇ ਤੇ ਰਹੇ। ਅਗਰ ਇਹ ਸਾਰੇ ਹਲਕੇ ਦੇ ਵਿੱਚ ਜਾਂਦਾ ਹੈ ਤਾਂ ਇਹਦੇ ਨਾਲ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰ ਰੱਖਿਆ। ਹੂਟਰ ਮਾਰਦੇ ਆ, ਲੋਕਾਂ ਨੂੰ ਗਾਲਾਂ ਤੱਕ ਦਿੰਦੇ ਆ, ਧਮਕੀਆਂ ਤੱਕ ਦਿੰਦੇ ਆ ਕਿ 19 ਲੰਘ ਜਾਣ ਦਿਓ, 23 ਲੰਘ ਜਾਣ ਦਿਓ। ਇਸ ਕਰਕੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਪੁਰਜ਼ੋਰ ਅਪੀਲ ਕਰਦੇ ਆ ਕਿ ਇਹਨੂੰ ਆਪਦੇ ਬੂਥ ਤੱਕ ਜਿਹੜਾ ਹੈਗਾ ਰਿਸਟ੍ਰਿਕਟ ਕੀਤਾ ਜਾਵੇ ਤਾਂ ਕਿ ਇਹੋ ਜਿਹਾ ਦਹਿਸ਼ਤ ਦਾ ਮਾਹੌਲ ਜਿਹੜਾ ਹੈ ਨਾ ਫੈਲਾ ਸਕੇ। ਫਿਰੋਜ਼ਪੁਰ ਸੇ ਸੁਖਚੈਨ ਕੀ ਰਿਪੋਰਟ।